ਅਤੇ ਉਹਨਾਂ ਦੇ ਪ੍ਰਬੰਧਕ ਸਮਰਾਹੀ ਸਾਹਿਬ ਤੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਆਉਣ ਵਾਲੇ ਸਾਥੀਆਂ ਦਾ ਵੀ ਜਿਨ੍ਹਾਂ ਨੇ ਆ ਕੇ ਰੌਣਕਾਂ ਨੂੰ ਵਧਾਇਆ ਨਾ ਮੈਂ ਇਸ ਕਰਦੇ ਆ ਪੁਰਾਣੀ ਰਵਾਇਤ ਦੇ ਵਿੱਚੋਂ ਤੇ ਦੋ ਗੱਲਾਂ ਦਾ ਮੇਲ ਹੁੰਦਾ ਜਿਵੇਂ ਗਵਈਏ ਦਾ ਔਰ ਸੁਣਨ ਵਾਲਿਆਂ ਦਾ ਔਰ ਨਜ਼ਾਰਾ ਕਿਸ ਤਰ੍ਹਾਂ ਆਉਂਦਾ ਪੰਛੀ ਜਿਹੜਾ ਹੁੰਦਾ ਉੱਥੋਂ ਦੋ ਖੰਭਾਂ ਨਾਲ ਉੱਠਦਾ ਨਾ ਦੋ ਗੱਲਾਂ ਦਾ ਮੇਲ ਆ ਉਸ ਤੋਂ ਬਾਅਦ ਮੈਂ ਸਾਰੀ ਤਰ੍ਹਾਂ ਚੀਜ਼ ਪੇਸ਼ ਕਰੂੰਗਾ ਗਾਉਣ ਵਾਲਾ ਗਾਉਂਦਾ ਹੋਵੇ ਮਾਰ ਦੇਣਾ ਸਵਾਲ ਪੜ੍ਹ ਸਕੇ ਲੱਗਿਆ ਪਏ ਅੱਜ
ਲੈ ਜੀ ਜਿਹੜਾ ਮਾਈ ਉਹਦੇ ਨਾਲ ਹੀ ਜਾਣਾ ਔਰ ਹਾਲਾਂਕਿ